ਸਰਕਾਰੀ ਜਿਹੜੀ ਉਹਨਾਂ ਦੇ ਖਿਲਾਫ ਹੋ ਜਾਏ ਔਰ ਬਾੜੀ ਖੇਤ ਨੂੰ ਖਾਣ ਲਾ ਪਏ ਉਸ ਵੇਲੇ ਚਿੰਤਾ ਵੱਧ ਜਾਂਦੀ ਆ ਇਹ ਘਟਾਲਾ ਅਗਰ ਇਹ ਪੂਰੀ ਤਰ੍ਹਾਂ ਕੋਖਿਆ ਜਾਵੇ ਤਾਂ ਬਹੁਤ ਵੱਡਾ ਘਟਾਲਾ ਵੀ ਆ ਸਕਦਾ ਹੱਲੇ ਤੇ 100 ਕਰੋੜ ਦੇ ਲਗਭਗ ਹੀ 100 ਕਰੋੜ ਦੇ ਕਰੀਬ ਹੀ ਐਸਾ ਸਾਹਮਣੇ ਆਇਆ ਵਿਦਾਂਤ ਸਰਵ ਦਾ ਪਹਿਲਾ ਮੌਨਸੂਨ ਸੈਸ਼ਨ ਕੱਲ੍ਹ ਸ਼ੁਰੂ ਹੋਣ ਵਾਲਾ ਪਰ ਉਸ ਤੋਂ ਪਹਿਲਾਂ ਜਿਹੜਾ ਹੈ ਪੰਜਾਬ ਸਰਕਾਰ ਦਾ ਇੱਕ ਵੱਡਾ ਘਟਾਲਾ ਯਾਨੀ ਕਿ ਪੋਸਟ میٹرਿਕ ਘਟਾਲਾ ਸਾਹਮਣੇ ਆ ਚੁੱਕਿਆ ਹੋਇਆ ਜਿਸ ਨੂੰ ਲੈ ਕੇ ਅੱਜ ਭਾਜਪਾ ਦੇ ਜਿਹੜੇ ਮੰਤਰੀ ਨੇ ਵਿਜੇ ਸਾਹਬਲਾ ਉਹਨਾਂ ਨੇ ਇੱਕ ਬਹੁਤ ਵੱਡੀ ਪ੍ਰੈਸ ਵਾਰਤਾ ਕੀਤੀ ਇਸ ਬਾਰੇ ਜੀ ਗੱਲ ਕਰਨੇ ਖੁਦ ਵਿਜੇ ਸਾਹਬਲਾ ਸਾਡੇ ਮੌਜੂਦ ਨੇ ਸਾਹਬਲਾ ਸਾਹਿਬ ਅੱਜ ਜਿਹੜੀ ਪ੍ਰੈਸ ਵਾਰਤਾ ਹੋਈ ਹੈ ਇਸ ਦਾ ਮੇਨ ਮੁੱਦਾ ਤੇ ਮਕਸਦ ਕੀ ਸੀਗਾ ਅੱਜ ਕਿਉਂਕਿ ਪੰਜਾਬ ਸਰਕਾਰ ਜਿਹੜੀ ਹੈ ਸਰਕਾਰਾਂ ਦਾ ਕੰਮ ਗਰੀਬਾਂ ਦੇ ਲਈ ਪਿਛੜੇ ਵਰਗ ਦੇ ਲਈ ਕੰਮ ਕਰਨਾ ਹੁੰਦਾ ਉਹਨਾਂ ਦੇ ਉਥਾਨ ਦੇ ਲਈ ਕਰਨਾ ਪਰ ਜਦੋਂ ਸਰਕਾਰੀ ਜਿਹੜੀ ਉਹਨਾਂ ਦੇ ਖਿਲਾਫ ਹੋ ਜਾਏ ਔਰ ਬਾੜੀ ਖੇਤ ਨੂੰ ਖਾਣ ਲਾ ਪੇ ਉਸ ਵੇਲੇ ਚਿੰਤਾ ਵੱਧ ਜਾਂਦੀ ਹੈ ਔਰ ਅੱਜ ਜਿਹੜੀ ਸੂਬਾ ਸਰਕਾਰ ਹੈ ਉਹ ਗਰੀਬ ਜਿਹੜੇ ਅਦਲਿਤ ਸਮਾਜ ਦੇ ਅਨੁਸੂਚੀ ਜਾਤੀ ਸਕਾਲਰਸ਼ਿਪ ਦੇ ਵਿਦਿਆਰਥੀ ਆ ਉਹਨਾਂ ਦੇ ਨਾਲ ਖਲਵਾੜ ਕਰ ਰਹੀ ਹੈ ਔਰ ਇੱਕ ਰਿਪੋਰਟ ਜਿਹੜੀ ਹੈ ਅੱਜ ਐਡੀਸ਼ਨਲ ਚੀਫ ਸਕੱਰੇਟਰੀ ਨੇ ਚੀਫ ਸਕੱਰੇਟਰੀ ਨੂੰ ਦਿੱਤੀ ਹੈ ਔਰ ਉਹ ਬਹੁਤ ਵੱਡੀ ਚਿੰਤਾ ਦਰਸਾਉਂਦੀ ਹੋਈ ਹੈ ਕਿ ਜਿਹੜਾ ਵੀ ਇਹ ਸਕਾਲਰਸ਼ਿਪ ਦੇ ਪੈਸੇ ਵੰਡੇ ਗਏ ਆ ਸਰਕਾਰ ਦੀਆਂ ਹਦਾਇਤਾਂ ਦੇ ਉਹ ਜਿਹੜੀ ਅਣਦੇਖੀ ਕੀਤੀ ਗਈ ਉਹਨਾਂ ਦੇ ਹਦਾਇਤਾਂ ਦੀ ਉਲੰਘਣਾ ਕੀਤੀ ਗਈ ਆ ਮੁੱਖ ਮੰਤਰੀ ਦੇ ਵੀ ਅਸੀਂ ਕਈ ਆਦੇਸ਼ਾਂ ਦੀ ਉਲੰਘਣਾ ਕਿਉਂਕਿ ਕੈਪਟਨ ਜਿਹੜੀ ਦੀ ਕੈਬਨਟ ਜਿਹੜੇ ਪੂਰੇ ਉਹਦੇ ਚ ਤੈਹ ਹੁੰਦਾ ਕਿ ਇਹ ਜਿਹੜੀ ਆਡਿਟ ਰਿਪੋਰਟ ਆ ਇਹਨੂੰ ਲਾਗੂ ਕੀਤਾ ਜਾਵੇ ਔਰ ਉਹਦੇ ਵਿੱਚ ਜਿਨ੍ਹਾਂ ਸੰਸਥਾਵਾਂ ਵੱਲ ਪੈਸੇ ਰਿਕਵਰੀ ਕਰਨ ਦੇ ਲਈ ਕਿਹਾ ਗਿਆ ਸੀ ਉਹਨਾਂ ਸੰਸਥਾਵਾਂ ਦਾ ਰੀਆਡਟ ਕਰਕੇ ਕਿਉਂਕਿ ਰੀਆਡਟ ਕਰਨ ਦੇ ਲਈ ਵੀ ਕੈਬਨਟ 'ਚ ਜਾਣਾ ਪੈਂਦਾ ਕਿਉਂਕਿ ਆਡਿਟ ਰਿਪੋਰਟ ਉੱਥੇ ਰੱਖੀ ਜਾ ਚੁੱਕੀ ਹੈ ਉਸ ਤੋਂ ਪਹਿਲਾਂ ਤਾਂ ਕੀਤਾ ਜਾ ਸਕਦਾ ਹੈ ਪਰ ਜਦੋਂ ਕੈਬਨਟ ਦੇ ਵਿੱਚ ਚਲੇ ਜਾਵੇ ਉਹਦੇ 'ਚ ਕੁਝ ਵੀ ਕਰਨਾ ਤਾਂ ਦੁਬਾਰਾ ਕੈਬਨਟ 'ਚ ਜਾਂਦੀ ਹੈ ਪਰ ਬਜਾਏ ਕਿ ਕੈਬਨਟ 'ਚ ਜਾਣ ਦੇ ਉਹਨੂੰ ਬਿਨਾਂ ਕੈਬਨਟ ਦੀ ਮਨਜ਼ੂਰੀ ਲਏ ਉਹਨਾਂ ਦੇ ਰੀਆਡਟ ਕਰਕੇ ਜਿਨ੍ਹਾਂ ਤੋਂ ਪੈਸੇ ਰਿਕਵਰ ਕਰਨੇ ਸੀ ਉਹਨਾਂ ਨੂੰ ਹੋਰ ਦਿੱਤੇ ਜਾਂਦੇ ਆ ਜਿਨ੍ਹਾਂ ਸੰਸਥਾਵਾਂ ਦੇ ਉੱਤੇ ਹਾਈ ਕੋਰਟ ਨੇ ਰੋਕ ਲਗਾਈ ਹੋਈ ਸੀ ਉਹਨਾਂ ਸੰਸਥਾਵਾਂ ਨੂੰ ਹਾਈ ਕੋਰਟ ਦੇ ਆਦੇਸ਼ਾਂ ਦੀ ਵੀ ਅਣਦੇਖੀ ਕਰਕੇ ਉਹਨਾਂ ਦੀ ਵੀ ਉਲੰਘਣਾ ਕਰਦੇ ਹੋਏ ਜਿਹੜੇ ਆ ਉਹ ਉਹਨਾਂ ਨੂੰ ਵੀ ਜਿਹੜੀ ਆ ਰਕਮ ਜਾਰੀ ਕਰ ਦਿੱਤੀ ਜਾਂਦੀ ਹੈ ਔਰ ਬਹੁਤ ਸਾਰੇ ਜਿਹੜੇ ਡੀਬੀਟੀ ਕਰਨੇ ਹੁੰਦੇ ਆ ਡਾਇਰੈਕਟ ਬੈਨੀਫਿਟ ਜਿਹੜਾ ਟਰਾਂਸਫਰ ਕਰਨਾ ਹੁੰਦਾ ਉਹ ਨਹੀਂ ਕਰਕੇ ਉਹਨਾਂ ਨੂੰ ਬੈਂਕਾਂ ਰਾਹੀਂ ਸਿੱਧੀ ਪੇਮੈਂਟ ਦਿੱਤੀ ਤਾਂ ਕਿ ਜਿਹੜੇ ਆ ਆਪਸ ਵਿੱਚ ਲੈਣ ਦੇਣ ਵੀ ਕੀਤਾ ਜਾ ਸਕੇ ਤੀਸਰਾ ਜਿਹੜਾ ਸੀਗਾ ਕਿ ਖਜ਼ਾਨੇ ਦੇ ਵਿੱਚ ਜਿਹੜੇ ਪੈਸੇ ਗਏ ਆ ਨਿਕਲੇ ਆ ਉਹ ਕੁਝ ਹੋਰ ਰਿਪੋਰਟ ਕਹਿੰਦੀ ਆ ਔਰ ਜਿਹੜੇ ਫਾਈਲ ਦੇ ਉੱਤੇ ਅਪਰੂਵਲ ਹੋਈ ਹੈ ਕੁਝ ਹੋਰ ਹੈ ਜਿਹੜੇ ਸੰਸਥਾਨੋਂ ਦੇ ਕਿਤੇ ਉਹ ਕੁਝ ਹੋਰ ਹੀ ਦੱਸ ਰਿਹਾ ਉਹਨਾਂ ਦੇ ਵਿੱਚ ਆਪਸ ਵਿੱਚ ਮੇਲ ਹੀ ਨਹੀਂ ਫਾਈਲਾਂ ਖਾਂਦੀਆਂ ਔਰ ਸਾਰੀਆਂ ਫਾਈਲਾਂ ਦੇ ਵਿੱਚ ਡਿਪਟੀ ਡਾਇਰੈਕਟਰ ਤੋਂ ਸਿੱਧਾ ਹੀ ਮੰਤਰੀ ਜਾਂਦਾ ਵਿੱਚ ਡਾਇਰੈਕਟਰ ਵੀ ਦੀ ਅਪਰੂਵਲ ਨਹੀਂ ਹੁੰਦੀ ਸੈਕਟਰੀ ਦੀ ਅਪਰੂਵਲ ਨਹੀਂ ਹੁੰਦੀ ਔਰ ਬਿਨਾ ਕਿਸੇ ਦੀ ਅਪਰੂਵਲ ਤੋਂ ਸਿੱਧਾ ਹੀ ਡਿਪਟੀ ਡਾਇਰੈਕਟਰ ਤੋਂ ਸਿੱਧਾ ਜਦ ਕੀ ਇਹ ਚੀਜ਼ ਦੇਖਣਾ ਹੀ ਮੰਤਰੀ ਦਾ ਕੰਮ ਹੁੰਦਾ ਕਿ ਫਾਈਲ ਮੇਰੇ ਕੋਲ ਆਈ ਸਹੀ ਆਈ ਕਿ ਨਹੀਂ ਆਈ ਉਹਦੀ ਸਹੀ ਕੋਖ ਹੋਈ ਕਿ ਨਹੀਂ ਹੋਈ ਪਰ ਮંત્રી ਨੇ ਇਹਨਾਂ ਚੀਜ਼ਾਂ ਦੀ ਵੀ ਕੋਖ ਕੀਤੇ ਬਿਨਾ ਹੀ ਉਹਨਾਂ ਸਾਰਿਆਂ ਦੀ ਜਿਹੜੀ ਪੇਮੈਂਟ ਦੇਣ ਦੇ ਆਰਡਰ ਕੀਤੇ ਇਹਦਾ ਮਤਲਬ ਹੈ ਕਿ ਮੰਤਰੀ ਵੀ ਮਲਵਸ ਹੈ ਸੋ ਇਸ ਕਰਕੇ ਸਾਡੀ ਤਾਂ ਅੱਜ ਜਿਹੜੀ ਆ ਉਹ ਮੰਗ ਹੈ ਕਿ ਇਮੀਡੀਏਟਲੀ ਜਿਹੜਾ ਆ ਉਹ ਮੰਤਰੀ ਨੂੰ ਬਰਖਾਸਤ ਕੀਤਾ ਜਾਣਾ ਚਾਹੀਦਾ ਔਰ ਨਾਲ ਜਿਹੜੇ ਅਧਿਕਾਰੀ ਹੈ ਉਹਨਾਂ ਦੇ ਉੱਤੇ ਵੀ ਜਿਹੜੀ ਕਾਨੂੰਨੀ ਕਾਰਵਾਈ ਕਰਦੇ ਹੋ ਉਹਨਾਂ ਨੂੰ ਵੀ ਡਿਸਮਿਸ ਕਰਨਾ ਚਾਹੀਦਾ ਹੈ ਖਜ਼ਾਨਾ ਦੇ ਵਿੱਚ ਜਿਹੜਾ ਪੈਸਾ ਜਿਹਨਾਂ ਸੰਸਥਾਵਾਂ ਵਿੱਚ ਗੈਰ ਕਾਨੂੰਨੀ ਤਰੀਕੇ ਨਾਲ ਗਿਆ ਉਹਨਾਂ ਤੋਂ ਰਿਕਵਰੀ ਕਰਕੇ ਉਹਨਾਂ ਸੰਸਥਾਵਾਂ ਨੂੰ ਦਿੱਤਾ ਜਾਣਾ ਚਾਹੀਦਾ ਜਿਨ੍ਹਾਂ ਦਾ ਭੇਦ ਭਾਵ ਹੋਇਆ ਔਰ ਤੀਸਰਾ ਜਿਹੜਾ ਆ ਇਹਦੀ ਸੈਂਟਰ ਦੇ ਪੈਸੇ ਹੋਣ ਕਰਕੇ ਇਹਦੀ ਇਨਕੁਆਰੀ ਜਿਹੜੀ ਆ ਉਹ ਸੀਬੀਆਈ ਤੋਂ ਕਰਵਾਈ ਜਾਵੇ ਨਾ ਕਿ ਪੰਜਾਬ ਦੀ ਕਿਸੇ ਹੋਰ ਸੰਸਥਾ ਤੋਂ। ਇਕਰ ਬਗਲਕਰੀ ਇਸ ਕੋਟਾਲੇ ਦੀ ਕਿੰਨੀ ਕਿ ਜਿਹੜੀ ਰਕਮ ਹੈ ਸਾਹਮਣੇ ਆਈ ਹੈ ਕਿ ਕਿੰਨੇ ਕ ਰਕਮ ਦਾ ਜਿਹੜਾ ਘੁਟਾਲਾ ਸਾਹਮਣੇ ਆਇਆ ਹੋਇਆ ਤੇ ਕਿੰਨੇ ਕਿ ਜਿਹੜੇ ਸੰਸਥਾਨ ਨੇ ਇਸ ਕੋਟਾਲੇ ਦੇ ਵਿੱਚ ਜਾਂ ਜ ਜਨਾਂ ਨੂੰ ਜਾ ਚੁੱਕੇ ਹੈ ਸੰਸਥਾਨਾਂ ਨੂੰ ਪੈਸਾ ਜਾ ਚੁੱਕਿਆ ਹੋਇਆ ਕਿੰਨੇ ਕਿ ਸੰਸਥਾਨਾਂ ਨੇ ਇਨਵੋਲਡ ਨੇ। ਦੇਖੋ ਲਗਭਗ 70-80 ਹੋਣਗੇ ਕਿਉਂਕਿ ਹਲੇ ਰਿਪੋਰਟ ਜਿਹੜੀ ਹੈ ਸਭ ਸਾਹਮਣੇ ਹੈਗੀ ਅਨੂੰ ਪੂਰਾ ਕੋਖਣ ਤੋਂ ਬਾਅਦ ਕਿਉਂਕਿ ਬਹੁਤ ਸਾਰੀਆਂ ਨੂੰ ਅਲੱਗ-ਅਲੱਗ ਤਰੀਕੇ ਨਾਲ ਇਹਨਾਂ ਦੱਸਿਆ ਕਿਸੇ ਦੇ ਵਿੱਚ ਸੈਕਟਰੀ ਦੇ ਸਾਈਨ ਨਹੀਂ ਕਿਸੇ ਦੇ ਅਲੱਗ-ਅਲੱਗ ਉਹਨਾਂ ਦੇ ਅਲੱਗ ਹੈ ਅਗਰ ਦੇਖਿਆ ਜਬ ਇਹ ਤੇ 70-80 ਦੇ ਕਰੀਬ 'ਚ ਹੋਣਗੀਆਂ ਪਰ ਇਹ ਲਗਭਗ 100 ਕਰੋੜ ਦੇ ਕਰੀਬ ਇਹ ਕੁਟਾਲਾ ਹੈ ਔਰ ਜੀ ਇਹਦੇ ਪਿਛੋਕੜ ਨੂੰ ਵੀ ਜਾ ਕੇ ਦੇਖਿਆ ਜਾਵੇ ਕਿਉਂਕਿ ਇਹ 1 April 2019 ਤੋਂ ਲੈ ਕੇ ਹੁਣ ਤੱਕ ਦਾ ਜਿਹੜਾ ਅਸੀਂ ਕੀ ਕਹਿ ਸਕਦੇ ਹੁਣ ਤੱਕ ਦਾ ਵੀ ਕਿਹਾ ਕਿਉਂਕਿ ਰਿਪੋਰਟ ਆਉਣ ਨੂੰ ਟਾਈਮ ਲੱਗਾ ਹੋਗਾ ਇਹਦੇ ਲਈ ਜਿਹੜਾ ਆ ਪਿਛਲੇ 1 ਸਾਲ ਦਾ ਹੀ ਕਹਿ ਦਈਏ ਤੇ ਉਹਦਾ ਇਹ ਕੁਟਾਲਾ ਅਗਰ ਇਹਨਾਂ ਪੂਰੀ ਤਰ੍ਹਾਂ ਖੋਖਿਆ ਜਾਵੇ ਤਾਂ ਬਹੁਤ ਵੱਡਾ ਕੁਟਾਲਾ ਵੀ ਆ ਸਕਦਾ ਹੱਲੇ ਤੇ 100 ਕਰੋੜ ਦੇ ਲਗਭਗ ਹੀ 100 ਕਰੋੜ ਦੇ ਕਰੀਬ ਹੀ ਐਸਾ ਸਾਹਮਣੇ ਆਇਆ ਹੈ ਜਦੋਂ ਅਸੀਂ ਡੀਬੀਟੀ ਦੀ ਗੱਲ ਕੀਤੀ ਹੈ ਬਹੁਤ ਸਾਰੇ ਜਿਹੜਾ ਐਸਸੀਐਸਟੀ ਬੱਚੇ ਨੇ ਜਿਹੜੇ ਪੜਾਈਆਂ ਕਰਨਾ ਚਾਹੁੰਦੇ ਨੇ ਵਧੀਆ ਤਰੀਕੇ ਨਾਲ ਪੜ੍ਹਨਾ ਵੀ ਚਾਹੁੰਦੇ ਨੇ ਜੇਕਰ ਬਗਲ ਕਰੇ ਤੁਸੀਂ ਵੀ ਕਿਉਂਕਿ ਇਸ ਵਿਤਰਨ ਦੇ ਵਿੱਚ ਰਹੇ ਹੋ ਕਿ ਤੁਹਾਡੇ ਕੋਲ ਵੀ ਕਿਸੇ ਨਾ ਕਿਸੇ ਟਾਈਮ ਤੇ ਇੱਕ ਮਹਿਕਮਾ ਰਹਿ ਚੁੱਕਾ ਆ ਇਹ ਵਾਲਾ ਕਿਉਂ ਇਦਾਂ ਦਾ ਕੋਈ ਸਿਸਟਮ ਨਹੀਂ ਬਣਾ ਦਿੱਤਾ ਦਿੱਤਾ ਜਾਂਦਾ ਕਿ ਜਿਹੜੇ ਸਟੂਡੈਂਟਸ ਨੇ ਜਿਨ੍ਹਾਂ ਨੂੰ ਇੱਕ ਵਜੀਫਾ ਪਹੁੰਚਣਾ ਹੁੰਦਾ ਉਹਨਾਂ ਤੱਕ ਡਾਇਰੈਕਟ ਕਿਉਂ ਨਹੀਂ ਪਹੁੰਚਾਇਆ ਜਾ ਸਕਦਾ ਦੇਖੋ ਸਾਡੇ ਜਦੋਂ ਅਸੀਂ ਮੈਂ ਵੀ ਮੰਤਰੀ ਸੀ ਉਦੋਂ ਵੀ ਬਾਰ-ਬਾਰ ਅਸੀਂ ਸਾਰੀਆਂ ਸਰਕਾਰਾਂ ਲਿਖਦੇ ਹਾਂ ਔਰ ਸੂਬਾ ਸਰਕਾਰ ਨੂੰ ਵੀ ਪੰਜਾਬ ਨੂੰ ਵੀ ਲਿਖਿਆ ਬਹੁਤ ਸਾਰੇ ਸੂਬਿਆਂ ਨੇ ਐਸਾ ਡੀਬੀਟੀ ਡਾਇਰੈਕਟ ਕਰ ਦਿੱਤਾ ਅਸੀਂ ਇਹਨਾਂ ਨੂੰ ਬਾਰ-ਬਾਰ ਕਹਿਣ ਦੇ ਬਾਵਜੂਦ ਵੀ ਸਟੇਟ ਦਾ ਪੋਰਟਲ ਹੋਣਾ ਚਾਹੀਦਾ ਸਟੇਟ ਦਾ ਪੋਰਟਲ ਇਹਨਾਂ ਨੇ ਪ੍ਰੋਪਰ ਪੈਰਾਮੀਟਰ ਉਸ ਨਾਰਮਸ ਨੂੰ ਹੀ ਇਖਤियार ਕੀਤਾ ਔਰ ਜੇ ਅਸੀਂ ਅੱਜ ਮੈਂ ਸਮਝ ਦੇਖਦੇ ਹੋਏ ਮੈਨੂੰ ਇਹ ਲੱਗਦਾ ਕਿ ਨਾਰਮਸ ਨੂੰ ਹੀ ਇਸੇ ਕਰਕੇ ਨਹੀਂ ਫਾਲੋ ਕੀਤਾ ਗਿਆ ਕਿ ਜੇ ਨਾਰਮਸ ਫਾਲੋ ਕਰ ਲੈਂਦੇ ਤੇ ਘੁਫਲਾ ਨਹੀਂ ਸਵੀਕਾਰ ਹੋਣਾ ਤੇ ਸਿੱਧਾ ਸਿੱਧਾ ਉਹਨਾਂ ਦੇ ਖਾਤੇ 'ਚ ਹੀ ਜਾਣਾ ਪੈਣਾ ਸੀ ਪੈਸੇ ਪਰ ਇਹਨਾਂ ਨੇ ਕਪੜੇ ਕਾਣ ਦੀ ਨੀਅਤ ਸੀਗੀ ਇਸ ਕਰਕੇ ਇਹਨਾਂ ਨੇ ਹਲੇ ਤੱਕ ਉਹ ਨਾਰਮਲ ਪੂਰੇ ਫulfill ਹੀ ਨਹੀਂ ਕੀਤੇ ਹੋਏ ਦੇਖਿਆ ਜੇ ਕੱਲ ਵਿਧਾਨ ਸਭਾ ਦਾ ਪਹਿਲਾ ਸੈਸ਼ਨ ਹੈ ਮੌਨਸਨ ਪਹਿਲਾ ਸੈਸ਼ਨ ਸਾਹਮਣੇ ਆਏਗਾ ਇੱਕ ਕੇਂਦਰ ਸਰਕਾਰ ਵੱਲੋਂ ਆਰਡੀਨੈਂਸ ਪਾਸ ਕੀਤਾ ਜਾਂਦਾ ਜੋ ਕਿ ਇਹ ਖੇਤੀਬਾੜੀ ਸੁਧਾਰ ਆਰਡੀਨੈਂਸ ਇਸ ਦੇ ਬਾਰੇ 'ਚ ਅੱਜ ਕੱਲ੍ਹ ਦੀ ਆਪਾਂ ਗੱਲ ਕਰੀਏ ਬਹੁਤ ਸਾਰੇ ਐਮਐਲਏ ਜਿਨ੍ਹਾਂ ਨੇ ਜਿਹੜੇ ਇਸ ਆਰਡੀਨੈਂਸ ਦੇ ਹੱਕ 'ਚ ਨਹੀਂ ਹੈਗੇ ਉਹਨਾਂ ਦਾ ਇਹ ਕਹਿਣਾ ਕਿ ਸਾਡੇ ਆਰਡੀਨੈਂਸ ਨੂੰ ਪੰਜਾਬ 'ਚੋਂ ਰੱਦ ਕੀਤਾ ਜਾਵੇ ਇਸ ਨੂੰ ਤੁਸੀਂ ਕਿਸ ਤਰੀਕੇ ਦੇਖਦੇ ਹੋ ਦੇਖੋ ਜੋ ਪੰਜਾਬ ਦੇ ਮਸਲੇ ਬਾਕੀ ਤਾਂ ਅੱਜ ਦਾ ਮੇਰਾ ਇਸ਼ੂ ਤਾਂ ਜਿਹੜਾ ਕੋਟਾੜਾ ਆ ਸੋ ਮੈਂ ਤਾਂ ਇਹ ਕਹਾਂਗਾ ਕਿ ਬਾਕੀ ਐਮਐਲਏ ਨੂੰ ਵੀ ਕਿਉਂਕਿ ਇਹ ਗਰੀਬ ਦੇ ਬੱਚਿਆਂ ਦਾ ਅੱਜ ਦਾ ਇਸ਼ੂ ਹੈ ਮੈਂ ਦੂਸਰੇ ਇਸ਼ੂ ਤੇ ਨਹੀਂ ਜਾਣਾ ਚਾਹੁੰਦਾ ਅੱਜ ਤੇ ਔਰ ਇਸ਼ੂ ਗਰੀਬ ਬੱਚਿਆਂ ਦਾ ਹੈ ਦਲਿਤ ਪਰਿਵਾਰਾਂ ਦਾ ਹੈ ਉਹਨਾਂ ਗਰੀਬਾਂ ਦੇ ਲਈ ਹੈ ਕਿਉਂਕਿ ਸਾਰੇ ਦਲਿਤ ਪਰਿਵਾਰਾਂ ਨੂੰ ਐਸੀਆਂ ਨੂੰ ਇਸ ਟਾਈਪ ਨਹੀਂ ਮਿਲਦਾ ਇਹ ਉਹਨਾਂ ਨੂੰ ਹੀ ਮਿਲਦਾ ਜਿਹੜੇ ਗਰੀਬੀ ਗਰੀਬ ਨੇ ਪਾ ਗਰੀਬੀ ਰੇਖਾ ਤੋਂ ਥੱਲੇ ਨਹੀਂ ਗਰੀਬ ਨੇ ਜਿਹਨਾਂ ਦੀ ਜਿਹੜੀ ਆਮਦਨ 2.5 ਲੱਖ ਤੋਂ ਥੱਲੇ ਆ ਉਸ ਤੋਂ ਉੱਪਰ ਵਾਲਿਆਂ ਨੂੰ ਨਹੀਂ ਮਿਲਦਾ ਸੋ ਇਹਦਾ ਸਿੱਧਾ ਸਿੱਧਾ ਹੈ ਕਿ ਗਰੀਬ ਪਰਿਵਾਰਾਂ ਦੇ ਨਾਲ ਹੀ ਇਹ ਅਨਿਆਏ ਹੋਇਆ ਔਰ ਇਸ ਅਨਿਆਏ ਦੇ ਪ੍ਰਤੀ ਜਿਹੜੀ ਅੱਜ ਸਾਡੀ ਆਵਾਜ਼ ਜਿਹੜੀ ਹੋਣੀ ਹੈ ਔਰ ਇਹਦੇ ਲਈ ਅਸੀਂ ਕੇਂਦਰ 'ਚ ਵੀ ਮੰਤਰੀ ਨਾਲ ਵੀ ਗੱਲ ਕੀਤੀ ਹੈ ਪੂਰਨ ਨਾਲ ਵੀ ਬਾਕੀ ਸਬੰਧਤ ਅਧਿਕਾਰੀਆਂ ਨਾਲ ਵੀ ਗੱਲ ਕਰਾਂਗੇ ਸੋ ਇਹ ਸੰਸਦ ਨਾਲ ਵਿਜੀਪਤ ਮੰਤਰੀ ਵਿਜੀਪਤ ਸਾਪਲਾ ਜਿਹੜਾ ਨਾਲ ਸੰਦਸੇ ਕਿਸ ਤਰੀਕੇ ਦੇ ਨਾਲ ਜਿਹੜਾ ਘਟਾਲਾ ਸਾਹਮਣੇ ਆਇਆ ਤੇ ਨਾਲ ਉਹਨਾਂ ਦਾ ਇਹ ਵੀ ਕਹਿਣਾ ਕਿ ਇਸ ਪੂਰੇ ਮਾਮਲੇ ਦੀ ਜਿਹੜੀ ਜਾਂਚ ਆ ਪੰਜਾਬ ਦੀ ਕਿਸੇ ਏਜੰਸੀ ਤੋਂ ਨਾ ਕਰਾ ਕੇ ਸੀਬੀਆਈ ਜਾਂ ਫਿਰ ਸੈਂਟਰ ਦੀ ਕਿਸੇ ਏਜੰਸੀ ਤੋਂ ਕਰਾਈ ਜਾਵੇ ਕੈਮਰਾ ਪਰਸਿਸ ਕਿਉਂ ਤੇ ਸਿੱਧੂ ਦੇ ਨਾਲ ਮੈਂ ਸਾਈਨਰੂਲਾ ਦੈਨਿਕ ਸਵੇਰਾ ਟੀਵੀ ਜਲੰਧਰ ऑल वर्ल्ड ओपन चैलेंज 17 टाइम गोल्ड मेडलिस्ट मिया रफीक मोहम्मद पंडित मौलवी बेगम तांत्रिक इन चोरा ठगा तो सावधान स्पेशलिस्ट वशीकरण सट्टा नंबर लव मैरिज पति पत्नी च अनबन विदेश च पक्का होना कारोबार का ना चलना सिर्फ इकती घंटिया समाधान फ्री फ्री फ्री, फ्री मिया रफीक मोहम्मद मोबाइल चौरासी तीन सौ ਦੇਸ਼ ਦੁਨੀਆ ਦੀ ਹਰ ਵੱਡੀ ਖਬਰ ਤੇ ਲਈ ਹੁਣੇ ਡਾਊਨਲੋਡ ਕਰੋ ਨੰਬਰ 1 ਨਿਊਜ਼ ਐਪ ਡੈਨਿਕ ਸਵੇਰਾ ਟਾਈਮਸ